ਪੰਜਾਬ ਐਸਐਸ ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਤੇ ਸਾਬਕਾ ਅਕਾਲੀ ਆਗੂ ਨੇ ਅੱਜ ਐਸਟੀਐਫ ਵਿਖੇ ਇੱਕ ਪ੍ਰਦਰਸ਼ਨ ਦੇ ਦੌਰਾਨ ਕੋਈ ਜ਼ਹਿਰੀਲਾ ਪਦਾਰਥ ਨਿਕਲ ਲਿਆ ਹੈ। ਉਹਨਾਂ ਨੂੰ ਤੁਰੰਤ ਇੱਥੋਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦੇ ਪਰਿਵਾਰ ਤੇ ਸਮਰਥਕ ਲੈ ਕੇ ਗਏ ਨੇ। ਅਨਵਰ ਮਸੀਹ ਨੂੰ ਐਸਟੀਐਫ ਨੇ ਸੁਲਤਾਨਵਿੰਡ ਰੋਡ ਤੋਂ ਇੱਕ ਕੋਠੀ ਦੇ ਵਿੱਚੋਂ 200 ਕਿਲੋ ਜੋ ਹੈਰਨ, ਕਰੀਬ 200 ਕਿਲੋ ਹੈਰਨ ਮਿਲੀ ਸੀ, ਉਸ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਉਹ ਕੋਠੀ ਜਿਹੜੀ ਸੀ ਅਨਵਰ ਮਸੀਹ ਦੀ ਦੱਸੀ ਜਾਂਦੀ ਹੈ। ਅਤੇ ਇਸ ਕੋਠੀ ਦੇ ਵਿੱਚ ਜਿਹੜੇ ਕਿਰਾਏਦਾਰ ਰਹਿ ਰਹੇ ਸੀ ਉਹ ਕਥਿਤ ਤੌਰ 'ਤੇ ਹੈਰਨ ਦਾ ਜਿਹੜਾ ਕਾਰੋਬਾਰ ਕਰਦੇ ਸੀ। ਤਾਂ ਐਸਟੀਐਫ ਨੇ ਤਕਰੀਬਨ 1.5 ਸਾਲ ਪਹਿਲਾਂ ਇਹ ਜਿਹੜਾ ਰੈਕਟ ਸੀ ਇਸਦਾ ਪਰਦਾਫਾਸ਼ ਕੀਤਾ ਸੀ, ਅਤੇ ਜਿੱਥੇ ਕੁਝ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ, ਨਾਲ ਹੀ ਅਨਵਰ ਮਸੀਹ ਦੀ ਵੀ ਗ੍ਰਿਫਤਾਰੀ ਹੋਈ ਸੀ। ਅਤੇ ਅਨਵਰ ਮਸੀਹ ਵੀ ਜੇਲ੍ਹ ਦੇ ਵਿੱਚ ਸਨ, ਉਹਨਾਂ ਦੀ ਕੁਝ ਮਹੀਨੇ ਪਹਿਲਾਂ ਜਿਹੜੀ ਬੇਲ ਹੋਈ ਸੀ। ਤਾਂ ਅਨਵਰ ਮਸੀਹ ਦੇ ਪਰਿਵਾਰ ਨੇ ਅਤੇ ਸਮਰਥਕਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਈ ਜਗ੍ਹਾ ਰੋਸ ਪ੍ਰਦਰਸ਼ਨ ਕੀਤੇ, ਅਤੇ ਐਸਟੀਐਫ ਦੇ ਉਸ ਵੇਲੇ ਦੇ ਜਿਹੜੇ AIG ਸਨ ਰਸ਼ਪਾਲ ਸਿੰਘ, ਉਹਨਾਂ ਦੇ ਉੱਪਰ ਕਥਿਤ ਤੌਰ 'ਤੇ ਪੈਸੇ ਲੈਣ ਦਾ ਦੋਸ਼ ਲਗਾਇਆ ਸੀ। ਅਤੇ ਨਾਲ ਇਹ ਕਿਹਾ ਸੀ ਕਿ ਐਸਟੀਐਫ ਵੱਲੋਂ ਉਹਨਾਂ ਨੂੰ ਜਾਣ ਬੁੱਝ ਕੇ ਜਿਹੜਾ ਇਸ ਕੇਸ ਦੇ ਵਿੱਚ ਫਸਾਉਣ ਦੀ ਧਮਕੀ ਦਿੱਤੀ ਜਾ ਰਹੀ ਸੀ, ਇਸੇ ਇਵਜ਼ ਦੇ ਲਈ ਉਹਨਾਂ ਕੋਲ ਪੈਸੇ ਮੰਗੇ ਗਏ ਸਨ। ਪਰ ਜਦੋਂ ਉਹਨਾਂ ਨੇ ਪੈਸੇ ਨਹੀਂ ਦਿੱਤੇ ਤਾਂ ਐਸਟੀਐਫ ਨੇ ਅਨਵਰ ਮਸੀਹ ਨੂੰ ਜਿਹੜਾ ਸੀ ਇਸ ਮਾਮਲੇ ਦੇ ਵਿੱਚ ਅਰੈਸਟ ਕਰ ਲਿਆ, ਨਾਮਜ਼ਦ ਕਰ ਲਿਆ। ਤਾਂ ਹੁਣ ਅਨਵਰ ਮਸੀਹ ਦੇ ਪਰਿਵਾਰ ਵੱਲੋਂ ਅਤੇ ਸਮਰਥਕਾਂ ਵੱਲੋਂ ਅੱਜ ਐਸਟੀਐਫ ਦੇ ਇਸੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਤਾਂ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਅਨਵਰ ਮਸੀਹ ਵੀ ਜਿਹੜੇ ਇੱਥੇ ਪਹੁੰਚੇ ਸਨ, ਮੀਡੀਆ ਨਾਲ ਗੱਲਬਾਤ ਕਰਦਿਆਂ, ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ, ਉਹਨਾਂ ਨੇ ਕੋਈ ਸ਼ੀਸ਼ੀ ਆਪਣੀ ਜੇਬ ਦੇ ਵਿੱਚੋਂ ਕੱਢੀ ਅਤੇ ਉਹ ਸ਼ੀਸ਼ੀ ਦੇ ਨਾਲ ਵਿੱਚੋਂ ਕੁਝ ਪਦਾਰਥ ਸੀ ਜਿਹੜਾ ਉਹਨਾਂ ਨੇ ਨਿਕਲ ਲਿਆ, ਜ਼ਹਿਰੀਲਾ ਪਦਾਰਥ ਜੋ ਦੱਸਿਆ ਜਾ ਰਿਹਾ। ਤਾਂ ਉਹਨਾਂ ਦੇ ਸਮਰਥਕ ਅਤੇ ਪਰਿਵਾਰ ਵਾਲੇ ਤੁਰੰਤ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ, ਜਿੱਥੇ ਹੁਣ ਉਹਨਾਂ ਦਾ ਇਲਾਜ ਚੱਲ ਰਿਹਾ। ਅਨਵਰ ਮਸੀਹ ਦੇ ਬੇਟੇ ਜੋਇਲ ਮਸੀਹ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਜਿਹੜੀ ਨਾਮਜ਼ਦ, ਉਹਨਾਂ ਨੂੰ ਝੂਠਾ ਨਾਮਜ਼ਦ ਇਸ ਕੇਸ ਦਰਜ ਕੀਤਾ ਗਿਆ ਸੀ, ਅਤੇ ਉਹਨਾਂ ਦੀ ਜਿਹੜੀ ਜ਼ਮਾਨਤ ਸੀ ਉਹ ਬੀਤੇ ਕੱਲ੍ਹ ਅਦਾਲਤ ਨੇ ਜਿਹੜੀ ਸੀ ਉਹ ਰੱਦ ਕਰ ਦਿੱਤੀ ਸੀ। ਇਸ ਤੋਂ ਲੈ ਕੇ ਅਨਵਰ ਮਸੀਹ ਜਿਹੜੇ ਸੀ ਉਹ ਤਣਾਅ ਦੇ ਵਿੱਚ ਸਨ, ਪਰੇਸ਼ਾਨ ਸਨ, ਅਤੇ ਇਸ ਕਰਕੇ ਉਹਨਾਂ ਨੇ ਇਹ ਕਦਮ ਚੁੱਕਿਆ ਹੈ। ਅਤੇ ਨਾਲ ਹੀ ਜੋਇਲ ਮਸੀਹ ਨੇ ਇਹ ਵੀ ਆਖਿਆ ਕਿ ਉਹਨਾਂ ਦੇ ਪਿਤਾ ਨੂੰ ਜਿਹੜਾ ਨਜਾਇਜ਼ ਫਸਾਇਆ ਗਿਆ ਸੀ, ਝੂਠਾ ਫਸਾਇਆ ਗਿਆ ਸੀ, ਇਸ ਨੂੰ ਲੈ ਕੇ ਉਹ ਪਿਛਲੇ ਕਈ ਦਿਨਾਂ ਤੋਂ ਕਾਫੀ ਪਰੇਸ਼ਾਨ ਸਨ। ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ, ABP ਸਾਂਝਾ, ਅੰਮ੍ਰਿਤਸਰ।